ਆ ਜਾ ਮੈਂ ਬਣਵਾ ਦੇਣਾ ਨਾਲ ਤੇਰੇ ਮੇਰਾ ਸੱਚਾ ਦਰਦਨਾਕ ਹਾਦਸਾ ਹੋਇਆ ਜਿੱਥੇ ਸ਼ਖਸ ਆਪਣੀ ਭੈਣ ਦੇ ਵਿਆਹ ਤੇ ਜਾ ਰਿਹਾ ਸੀ ਤੇ ਇਸ ਦੇ ਨਾਲ ਇਸ ਦੇ 3 ਬੱਚੇ ਅਤੇ ਪਤਨੀ ਵੀ ਸੀ ਤਾਂ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਪਿੱਛੋਂ ਇੱਕ ਟਰੱਕ ਨੇ ਟੱਕਰ ਮਾਰੀ ਜਿਸ ਦੇ ਵਿੱਚ ਪਤਨੀ ਅਤੇ 1 ਸਾਲ ਦੇ ਬੱਚੀ ਨੂੰ ਇਹ ਟਰੱਕ ਕੁਚਲ ਜਾਂਦਾ ਜਿਸ ਦੇ ਵਿੱਚ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਹਾਦਸਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਟਰੱਕ ਚਾਲਕ ਨੇ ਮਹਿਲਾ ਅਤੇ 1 ਸਾਲ ਦੇ ਬੱਚੇ ਨੂੰ ਟਰੱਕ ਹੇਠਾਂ ਕੁਚਲ ਦਿੱਤਾ ਜਿਸ ਕਰਕੇ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸ਼ਖਸ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਵਿਆਹ ਤੇ ਜ਼ਿਰਕਪੁਰ ਸਕੂਟੀ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੱਛੋਂ ਇੱਕ ਟਰੱਕ ਵਾਲੇ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਤਾਂ ਇਸ ਦੀ ਪਤਨੀ ਪਿੱਛੇ 1 ਸਾਲ ਦੇ ਬੱਚੇ ਨੂੰ ਗੋਦੀ 'ਚ ਲੈ ਕੇ ਬੈਠੀ ਸੀ ਤਾਂ ਟੱਕਰ ਤੋਂ ਬਾਅਦ ਉਹ ਸੜਕ ਤੇ ਡਿੱਗ ਜਾਂਦੀ ਹੈ ਤਾਂ ਟਰੱਕ ਵਾਲਾ ਦੋਨਾਂ ਨੂੰ ਕੁਚਲਦਾ ਹੋਇਆ ਮੌਕੇ ਤੋਂ ਫਰਾਰ ਹੋ ਜਾਂਦਾ ਜਿਸ ਦੇ ਵਿੱਚ ਉਸਦੀ ਅਤੇ ਦੋਨਾਂ ਬੱਚਿਆਂ ਦੀ ਜਾਨ ਵਾਲ-ਵਾਲ ਬਚਦੀ ਹੈ ਪਰ ਪਤਨੀ ਅਤੇ 1 ਸਾਲ ਦੇ ਮਾਸੂਮ ਦੀ ਇਸ ਦੇ ਵਿੱਚ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਸ਼ਖਸ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਦੱਸ ਦਈਏ ਕਿ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਮ੍ਰਿਤਕ ਲਾਸ਼ਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਹੁਣ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਫਰਾਰ ਚੱਲ ਰਹੇ ਇਸ ਟਰੱਕ ਚਾਲਕ ਦੀ ਵੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਮੈਂ ਲੁਧਿਆਣੇ ਦੇ ਆ ਰਹਾ ਸੀ ਜੀਰਕਪੁਰ ਜਾ ਰਹੇ ਸੀ ਜੀਰਕਪੁਰ ਕਿੱਥੇ ਕੀ ਕੰਮ ਚ ਜਾ ਰਹੇ ਮੈਂ ਮੇਰੀ ਭੈਣ ਦਾ ਵਿਆਹ ਸੀ ਅੱਜ 11-12 ਵਜੇ ਦਾ ਗਿਆ 12 ਵਜੇ ਦਾ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਮੈਂ ਟਰੱਕ ਵਾਲਾ ਮਾਰ ਗਿਆ ਉਹਦੇ ਪੈਰ ਤੇ ਲੱਗਿਆ ਉਹ ਡਿੱਗੀ ਬਾਕੀ ਹਮ ਲੋਗ ਸਹੀ ਸਲਾਮਾ ਸੀ ਭੱਜ ਗਿਆ ਗੱਡੀ ਵਾਲੇ ਇਤਨੇ ਸੀ ਪਿੱਛੇ ਵੀ ਗੱਡੀਆਂ ਸੀ ਹਾਂ ਜੋੜੀ ਗਏ ਨੂੰ ਰੋਕੋ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਮਦਦ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਦਰਾਹਾ ਜੀ ਟੀ ਰੋਡ ਤੇ ਐਕਸੀਡੈਂਟ ਹੋਣ ਦੀ ਸਾਡੇ ਕੋਲ ਅਤਲਾਹ ਆਈ ਸੀ ਅਸੀਂ ਮੌਕੇ ਤੇ ਪੁੱਜੇ ਆ ਸਾਨੂੰ ਪਤਾ ਲੱਗਾ ਹੈ ਕਿ ਇੱਕ ਸਕੂਟਰੀ ਸਵਾਰ ਲੁਧਿਆਣਾ ਤੋਂ ਜੀਰਕਪੁਰ ਸਾਈਡ ਜਾਣਾ ਸੀ ਉਹ ਜਾ ਰਿਹਾ ਸੀਗਾ ਪੁਲ ਦੇ ਉੱਤੇ ਜੰਪ ਜਿਹੇ 'ਤੇ ਲੱਗਣ ਕਰਕੇ ਉਹ ਸਕੂਟਰ ਤੋਂ ਡਿੱਗਿਆ ਡਿੱਗਣ ਦੇ ਨਾਲ ਉਸਦੇ ਘਰ ਵਾਲੀ ਅਤੇ ਉਸਦੇ ਬੱਚੇ ਦੇ ਉੱਤੇ ਉਹਦੀ ਟਰੰਕ ਲੱਗ ਗਿਆ ਨਹੀਂ ਜੀ ਟਰੱਕ ਦੇ ਬਾਰੇ ਹਜੇ ਕੋਈ ਪਤਾ ਨਹੀਂ ਲੱਗ ਸਕਿਆ ਇਹਨਾਂ ਨੂੰ ਵੀ ਨਹੀਂ ਪਤਾ ਲੱਗ ਸਕਿਆ ਕੋਈ ਟਰੱਕ ਦਾ ਨੰਬਰ ਜਾਂ ਗੱਡੀ ਦੇ ਰੰਗ ਬਾਰੇ ਇਸ ਹਾਦਸੇ 'ਚ ਕਿੰਨੇ ਲੋਕਾਂ ਦੀ ਮੌਤ ਹੋ ਗਈ ਦੋ ਨਹੀਂ ਹੋ ਗਈ ਹੈ ਜੀ ਇੱਕ ਉਹਨਾਂ ਦੀ ਘਰ ਵਾਲੀ ਦੀ ਹੋ ਗਈ ਹੈ ਇੱਕ ਬੱਚੇ ਦੀ ਹੋ ਗਈ